ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ। ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਨਗਰ ਨਿਗਮ ਚੋਣਾਂ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ। ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਨਗਰ ਨਿਗਮ ਚੋਣਾਂ ਦੀ ਤਿਆਰੀ ਆਰੰਭੀ ਗਈ ਹੈ ਸਿਆਸੀ ਪਾਰਟੀਆਂ ਦੇ ਵੱਲੋਂ, ਤਾਂ ਦੂਸਰੇ ਹੀ ਪਾਸੇ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ। ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਰਵਨੀਤ ਬਿੱਟੂ ਦੇ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਗਏ ਨੇ। ਔਰ ਤੁਹਾਨੂੰ ਦੱਸ ਦਈਏ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ ਜਿੱਥੇ ਭਾਜਪਾ ਦੀ ਪੁਰਾਣੀ ਲੀਡਰਸ਼ਿਪ ਸਾਬਕਾ ਪ੍ਰਧਾਨ ਮੌਜੂਦ ਰਹਿੰਦੇ ਨੇ, ਅਤੇ ਉੱਥੇ ਹੀ ਜੈਇੰਦਰ ਕੌਰ ਔਰ ਪਰਨੀਤ ਕੌਰ ਦੇ ਵੱਲੋਂ ਵੀ ਸਵਾਲ ਜੋ ਨੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਸਾਧੇ ਗਏ ਨੇ। ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਰਵਨੀਤ ਬਿੱਟੂ, ਆਓ ਸੁਣਦੇ ਹਾਂ। ਪਿਛਲੇ ਦਿਨਾਂ ਉਹ ਤਿਆਰੀ ਤੋਂ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ ਤੇ ਕੀ ਕਰਨ ਜਾ ਰਹੀ ਹੈ, ਉਹ ਅਸੀਂ ਤੁਹਾਡੇ ਮੂਹਰੇ ਰੱਖਣ ਜਾ ਰਹੇ ਸੀ। ਕਿਸ ਤਰੀਕੇ ਨਾਲ ਜਿਹੜੇ ਸਾਡੇ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਕਿਵੇਂ ਕਾਗਜ਼ਾਂ 'ਚ ਹਰਾਸ ਕੀਤਾ ਜਾ ਰਿਹਾ, ਕਿਵੇਂ ਉਹਨਾਂ ਨੂੰ ਪੁਲਿਸ ਜਾ ਕੇ ਘਰਾਂ 'ਤੇ ਉਹਨਾਂ ਦੀ ਦਬਿਸ਼ ਕਰ ਰਹੀ ਹੈ, ਉਹਨਾਂ ਨੂੰ ਡਰਾ ਰਹੀ ਹੈ, ਧਮਕਾ ਰਹੀ ਹੈ, ਉਹਨਾਂ 'ਤੇ ਕੇਸ ਪਾ ਰਹੀ ਹੈ, ਉਹ ਚੀਜ਼ਾਂ ਵੱਖ ਵੱਖ ਜਗ੍ਹਾ ਤੋਂ ਤੁਹਾਡੇ ਵੀ ਮੂਹਰੇ ਆਈਆਂ ਅਤੇ ਕੁਛ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿਸ ਤਰੀਕੇ ਨਾਲ ਸਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ। ਇਸੇ ਕਰਕੇ ਖਾਸ ਤੌਰ 'ਤੇ ਹਾਈਕਮਾਂਡ ਨੇ, ਚਾਹੇ ਅਸ਼ਵਨੀ ਜੀ, ਚਾਹੇ ਮੈਂ ਬੈਠਾ ਹਾਂ, ਚਾਹੇ ਚੀਮਾ ਸਾਹਿਬ, ਚਾਹੇ ਗਰੇਵਾਲ ਸਾਹਿਬ, ਸਭ ਨੂੰ ਪਟਿਆਲੇ ਅੱਜ ਮਹਾਰਾਣੀ ਸਾਹਿਬ ਕੋਲ ਭੇਜਿਆ ਹੈ। ਅਤੇ ਮੈਂ ਇੱਕ ਗੱਲ ਸਾਫ਼ ਜੀ ਕਹਿਣਾ ਚਾਹੁੰਦਾ, ਕੋਈ ਉਰੇ ਨਵਾਂ ਪੋਲੀਟੀਕਲ ਅਸੀਂ ਲੋਕ ਨਹੀਂ, ਅਸੀਂ ਸਰਕਾਰਾਂ ਵੀ ਦੇਖੀਆਂ, ਅਸੀਂ ਓਪੋਜੀਸ਼ਨਾਂ ਵੀ ਦੇਖੀਆਂ, ਅਸੀਂ ਮੁੱਖ ਮੰਤਰੀ ਲੀਡਰਸ਼ਿਪ ਦਾ ਦੇਖੀਆਂ, ਅਤੇ ਪਰ ਗੱਲ ਇੰਨੀ ਆ, ਇੱਕ ਗੱਲ ਮੈਂ ਪਹਿਲਾਂ ਤਾਂ ਅਫਸਰ ਸਾਹਿਬਾਨਾਂ ਨੂੰ ਕਹਿਣਾ ਚਾਹੁੰਦਾ, ਆਫੀਸਰ ਸਾਹਿਬਾਨ ਇਲੈਕਸ਼ਨ ਕਮਿਸ਼ਨ ਦੇ ਅੰਦਰ। ਦੂਜੀ ਗੱਲ, ਮੈਂ ਕੋਈ ਡਰਾਉਣ ਵਾਲੀ ਜਾਂ ਐਸੀ ਗੱਲ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਵੀ ਜਿਹੜੇ ਆਫੀਸਰ ਨੇ ਉਹਨਾਂ ਦੇ ਉਰੇ ਆਈ ਪੀ ਐਸ ਲਿਖਿਆ ਹੁੰਦਾ, ਜਿਹੜੇ ਸੀਨੀਅਰ ਮੋਸਟ ਨੇ ਜਾਂ ਉਹ ਆਈ ਐਸ ਆਫਿਸਰ, ਜੇ ਉਹ ਸੰਵਿਧਾਨ ਹੁਣੀ ਅਸ਼ਵਨੀ ਅਤੇ ਵਾਰਾਣਸੀ ਸਾਹਿਬ ਅਸੀਂ ਗੱਲ ਕਰਦੇ ਸੀ ਵੀ ਹਰ ਇਹਨਾਂ ਦਾ ਅਲਾਇੰਸ ਦਾ ਬੰਦਾ ਉਹ ਸੰਵਿਧਾਨ ਰੋਜ਼ ਉਹ ਲਾਲ ਕਿਤਾਬ ਆ ਜਿਹੜੀ ਇਹਨਾਂ ਦੇ ਹੱਥਾਂ 'ਚ ਹੁੰਦੀ ਹੈ, ਵਿੱਚੋਂ ਚਾਹੇ ਖਾਲੀ ਹੁੰਦੀ ਆ, ਪਰ ਸੰਵਿਧਾਨ ਸੰਵਿਧਾਨ ਦੀ ਦੁਹਾਈ ਦਿੰਦੇ ਆ। ਅੱਜ ਵੀ ਸਵੇਰੇ ਖੜ੍ਹੇ ਪਾਰਲੀਮੈਂਟ 'ਚ ਇਹੀ ਕਰ ਰਹੇ ਸੀ, ਅਤੇ ਇਹ ਸੰਵਿਧਾਨ ਦੀ ਗੱਲ ਕਰਨ ਵਾਲੇ ਤਾਂ ਇੱਥੇ ਕੀ ਕਰ ਰਹੇ ਆ ਪੰਜਾਬ 'ਚ, ਮੰਨਦੇ ਹਾਂ ਅਸੀਂ ਵੀ ਪਹਿਲਾਂ ਤਾਂ ਤੁਸੀਂ ਇਲੈਕਸ਼ਨਾਂ ਤੋਂ ਭੱਜੇ ਰਹੇ 3 ਸਾਲ, ਇਲੈਕਸ਼ਨਾਂ ਤੋਂ ਤੁਸੀਂ ਬਿਲਕੁਲ, ਤੁਸੀਂ ਮੈਂ ਸਮਝਦਾ ਜੇ ਸੁਪਰੀਮ ਕੋਰਟ ਤਾਂ ਆਉਂਦੀ ਤੁਸੀਂ ਇਲੈਕਸ਼ਨ ਹੀ ਨਹੀਂ ਕਰਾਉਣੀ ਸੀ, ਲੋਕਾਂ ਦਾ ਹੱਕ ਹੀ ਨਹੀਂ ਮਿਲਣਾ ਸੀ। ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਆਈਏਐਸ ਆਫਿਸਰ, ਫਿਰ ਨਾ ਕਹਿਣ ਜੇ ਕੋਈ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕੁਪਾਹੀ ਕੀਤੀ, ਤੇ ਫਿਰ ਮੈਂ ਧਮਕੀ ਨਹੀਂ ਦੇਣ ਵਾਲੀ ਗੱਲ, ਡਰਾਉਣ ਵਾਲੀ ਨਹੀਂ, ਇਹ ਸੈਂਟਰ ਨਾਲ ਰਿਲੇਟਡ ਨੇ, ਸੈਂਟਰ ਨਾਲ ਸੰਬੰਧ ਨੇ। ਫਿਰ ਕੱਲ ਨੂੰ ਨਾ ਕਹਿਣ ਵੀ ਕੋਈ ਇਹਨਾਂ ਦੀ ਸ਼ਿਕਾਇਤ ਹੋਈ, ਕੋਈ ਇਹਨਾਂ ਦਾ ਸਾਹਮਣੇ ਬਿਲਕੁਲ ਪ੍ਰੂਫ ਆ ਗਿਆ, ਤੇ ਫਿਰ ਜ਼ਿੰਮੇਵਾਰ ਇਹ ਆਪ ਹੋਣਗੇ ਆਪਣੇ, ਫਿਰ ਸਾਨੂੰ ਐਸ ਐਸ ਪੀ, ਡੀ ਸੀ, ਕਮਿਸ਼ਨਰ ਜਾਂ ਬਾਕੀ ਜਿਹੜੇ ਆਫਿਸਰ, ਮੈਂ ਇਹ ਬੜੀ ਜ਼ਿੰਮੇਦਾਰੀ ਨਾਲ ਕਹਿ ਸਕਦਾ ਕਿ ਜਿਹੜੇ ਥੱਲੇ ਪੀ ਪੀ ਐਸ ਨੇ, ਪੀ ਸੀ ਐਸ ਨੇ ਜਾਂ ਉਧਰੋਂ ਥੱਲੇ ਨੇ, ਉਹ ਵੀ ਜੇ ਸਾਡੇ ਕੋਲ ਕੋਈ ਪ੍ਰੂਫ ਹੋਏ ਤੇ ਸਿੱਧੀ ਅਸੀਂ ਐਫ ਆਈ ਆਰ ਤੱਕ ਦਰਜ ਕਰਾਵਾਂਗੇ, ਚਾਹੇ ਉਹ
ਇਲੈਕਸ਼ਨ ਕਮਿਸ਼ਨ ਦੇ ਥਰੂ ਕਰਾਈਏ, ਚਾਹੇ ਅਸੀਂ ਕੋਰਟ ਦੇ ਥਰੂ ਕਰਾਈਏ। ਇਸ ਕਰਕੇ ਅਸੀਂ ਮਨਿਊਟਲੀ ਸਾਰੀਆਂ ਜ਼ਿੰਮੇਵਾਰੀਆਂ ਲੱਗੀਆਂ ਹੈ ਅਤੇ ਇੱਕ ਇੱਕ ਪਲ ਜਿਹੜਾ ਹੈ ਉਹ ਇਹਨਾਂ ਦਾ ਅਸੀਂ ਆਪਣੇ ਸਾਰੇ ਵਰਕਰਾਂ ਨੂੰ ਕਿਹਾ ਹੈ, ਇਹਨਾਂ ਨੂੰ ਵਾਚ ਕਰੋ, ਇਹਨਾਂ ਦੀ ਵੀਡੀਓ ਬਣਾਓ, ਇਹਨਾਂ ਦੀ ਇੱਕ ਨਮ ਜਿਹੜੀ ਉਹ ਸ਼ਿਕਾਇਤ ਕਰੋ। ਅਤੇ ਮੈਂ ਅਤੇ ਸਾਰੇ ਅਸੀਂ ਕੇਂਦਰ ਨਾਲ ਇੱਕ ਇੱਕ ਮਿੰਟ ਸਾਡਾ ਰਾਬਤਾ ਹੈ, ਟੀਮਾਂ ਬਣ ਚੁੱਕੀਆਂ ਵੀ ਕੋਈ ਵੀ ਇਹ ਆਫਿਸਰ ਫਿਰ ਮੁੜ ਕੇ ਇਹ ਜੇ ਕੋਈ ਕਰੂਗਾ ਆਪਣੀ ਕੁਰਸੀ ਤੋਂ ਜਾਣਾ ਜਾਂ ਫਿਰ ਕੋਈ ਉਹਦਾ ਨੁਕਸਾਨ ਹੋਣਾ, ਫਿਰ ਉਹ ਜ਼ਿੰਮੇਵਾਰ ਆਪ ਹੋਊਗਾ, ਫਿਰ ਬਾਅਦ 'ਚ ਇਹ ਨਾ ਕਰੂਗਾ। ਇਸ ਵਾਰ ਬਹੁਤ ਅਸੀਂ ਦੇਖ ਲਈਆਂ ਇਹ ਚੀਜ਼ਾਂ ਇਹਨਾਂ ਨੂੰ ਕਰਦਿਆਂ ਨੂੰ, ਪਰ ਇਹ ਬਿਲਕੁਲ ਵੀ ਹੁਣ ਇਹ ਬਰਦਾਸ਼ਤ ਨਹੀਂ ਹੋਣਾ ਜੋ ਇਹ ਕੁਛ ਕਰ ਰਹੇ ਆ। ਮੈਂ ਬੜੇ ਫੇਰ ਸਖ਼ਤ ਸ਼ਬਦਾਂ 'ਚ ਕਹਿ ਦੇਵਾਂ ਵੀ ਇਹ ਜ਼ਿੰਮੇਵਾਰੀ ਸਰਕਾਰ ਆਮ ਆਦਮੀ ਪਾਰਟੀ ਕਿਸੇ ਨਾਲ ਨਹੀਂ ਖੜਦੀ। ਇਹ ਜਦੋਂ ਇਹਨਾਂ ਨੇ ਪਿੱਛੇ ਚਾਹੇ ਲੁੱਟਾਂ ਕੀਤੀਆਂ ਅਫਸਰ ਫਿਰ ਮੁੜ ਕੇ ਚੱਕਰ ਮਾਰਦੇ ਆ, ਉਹਨਾਂ ਨੂੰ ਹੀ ਮਾਰਨੇ ਪੈਣੇ ਆ। ਇਸ ਕਰਕੇ ਇਹਨਾਂ ਨੇ ਪਿੱਛੇ ਕਿਸੇ ਨਹੀਂ ਖੜਨਾ। ਤੁਸੀਂ ਸੋਚਦੇ ਹੋ ਤੁਹਾਡਾ ਮਨ 'ਚ ਆ ਵੀ ਤੁਹਾਡੇ ਮਗਰ ਭਗਵੰਤ ਮਾਨ ਆ ਰਿਹਾ, ਤੁਹਾਡੇ ਮਗਰ ਕੇਜਰੀਵਾਲ ਆ ਰਿਹਾ? ਬਿਲਕੁਲ, ਜੇ ਤੁਸੀਂ ਸੋਚੋ ਵੀ ਇਹਨਾਂ ਦੇ ਮਗਰ ਲੱਗ ਕੇ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ ਤਾਂ ਫਿਰ ਜ਼ਿੰਮੇਵਾਰੀ ਤੁਹਾਡੀ ਹੋਊਗੀ। ਇਹਨਾਂ ਨੇ ਕਿਸੇ ਦੇ ਮਗਰ ਨਹੀਂ ਆਉਣਾ, ਕਿਸੇ ਦੇ ਮਗਰ ਨਹੀਂ ਖੜਨਾ। ਅਤੇ ਫਿਰ ਇੱਕ ਵਾਰ ਮੈਂ ਫਿਰ ਸਾਰੇ ਹੀ ਸ਼ਹਿਰ ਵਾਸੀਆਂ ਜਿਹੜੇ ਹਮੇਸ਼ਾ ਬੀਜੇਪੀ ਮਹਾਰਾਣੀ ਪਰਨੀਤ ਕੌਰ ਜੀ, ਕੈਪਟਨ ਅਮਰਿੰਦਰ ਸਿੰਘ ਜੀ, ਇਹ ਸਾਰਾ ਪਟਿਆਲਾ ਜਿਹੜਾ ਇਹ ਪਰਿਵਾਰ ਇਹਨਾਂ ਦੇ ਨਾਲ ਰਿਹਾ ਹਮੇਸ਼ਾ, ਕਿ ਮੈਂ ਇਹ ਬੇਨਤੀ ਕਰਦਾ, ਸਾਰੇ ਗੱਲ ਕਰਨਗੇ, ਮੈਂ ਆਪਣੀ ਵੱਲੋਂ ਬੇਨਤੀ ਇਹ ਕਰਦਾ ਵੀ ਆਪਾਂ ਦੇਖ ਲਿਆ 3 ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਦੇਖ ਲਈ ਨਾ, ਕਿਸੇ ਨੂੰ ਕੀ ਮਿਲਿਆ ਕੀ ਨਹੀਂ ਮਿਲਿਆ। 1000 ਰੁਪਈਆ ਹੈ ਜਿਹੜਾ ਉਹ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ ਹੈ ਉਹ ਦੇਣਾ ਸਹੀ ਹੈ। ਛੋਟੀ ਸਭ ਤੋਂ ਇੱਕ ਡਿਮਾਂਡ 1000 ਰੁਪਏ ਦੀ ਜਿਹੜੀ ਵੋਟਾਂ ਲੁੱਟ ਕੇ ਲੈ ਕੇ ਗਏ, ਉਹ ਤੋਂ ਇਲਾਵਾ ਅੱਜ ਇਹ ਬਿਲਕੁਲ ਕਰਾਈ ਨੇ, ਅੱਜ ਇਹਨਾਂ ਕੋਲ ਤੇਲਾ ਹੈ ਨਹੀਂ, ਇਹ ਆਮ ਆਦਮੀ ਦੀ ਸਥਿਤੀ ਹੈ। ਕਾਂਗਰਸ ਦਾ ਨਾ ਉੱਤੇ ਨਾ ਥੱਲੇ ਕਿਤੇ ਵੀ ਨਹੀਂ, ਕਾਂਗਰਸ ਦਾ ਸਫਾਇਆ 2939 ਤੱਕ ਤਾਂ ਹੈਗਾ ਹੀ ਹੈ। ਆਪਾਂ ਕਿਉਂ ਉਹ ਪਾਰਟੀਆਂ ਨੂੰ ਵੋਟ ਪਾ ਕੇ ਖਰਾਬ ਕਰਨੀਆਂ ਜਿਹੜਾ ਕੁਛ ਕਰ ਹੀ ਨਹੀਂ ਸਕਦੇ? ਪਾਰਲੀਮੈਂਟ ਵੋਟਾਂ ਮਿਲੇ ਵੀ ਅਸੀਂ ਇਹੀ ਕਹਿੰਦੇ ਸੀ ਵੀ ਡਬਲ ਇੰਜਨ ਡਬਲ ਇੰਜਨ ਡਬਲ ਇੰਜਨ, ਨਹੀਂ ਮੰਨੀ ਪਾਰਲੀਮੈਂਟ ਸਾਡੇ ਕਈਆਂ ਨੇ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬੀਜੇਪੀ ਦੀ ਲੀਡਰਸ਼ਿਪ ਵੱਲੋਂ, ਕੇਂਦਰ ਵੱਲੋਂ, ਵੀ ਭਾਈ ਜੇ ਸ਼ਹਿਰਾਂ 'ਚ ਮੇਅਰ ਬਣਨਗੇ 1000 ਕਰੋੜ ਰੁਪਈਆ ਜੇ ਕੋਈ ਦੇ ਸਕਦਾ ਤਾਂ ਸਿੱਧਾ ਮੇਅਰ ਜਾਊਗਾ ਪ੍ਰਧਾਨ ਮੰਤਰੀ ਜੀ ਕੋਲ, ਸਿੱਧਾ ਜਾਊਗਾ ਅਮਿਤ ਸ਼ਾਹ ਜੀ ਕੋਲ, ਨੱਡਾ ਜੀ ਕੋਲ, ਗਡਕਰੀ ਜੀ ਕੋਲ, ਹੈਲਥ ਮਹਿਕਮੇ ਜਿੰਨੇ ਵੀ ਆ, ਮਹਾਰਾਣੀ ਪਰਨੀਤ ਕੌਰ ਜੀ ਹੁਣੀ ਜਾ ਕੇ ਪੁੱਛ ਲਿਆ, ਕੋਈ ਕਮੀ ਰਹੂਗੀ? ਸੈਂਟਰ ਕੋਲ ਕੋਈ ਕਮੀ ਨਹੀਂ ਪੈਸੇ ਦੀ। ਮੈਂ ਤਾਂ ਹੁਣ ਮਹਿਕਮੇ 'ਚ ਮਿਨਿਸਟਰਾਂ ਨੇ ਦੇਖ ਰਿਹਾ ਕਿਵੇਂ 2,00,000 ਕਰੋੜ ਰੁਪਈਆ ਉੱਥੇ ਆ। ਇਸ ਕਰਕੇ ਆਪਣੇ ਆਪਣੇ ਸ਼ਹਿਰ ਨੂੰ ਡਿਵੈਲਪ ਕਰਾਉਣ ਲਈ ਇਹ ਬੀਜੇਪੀ ਦਾ ਹੱਥ ਫੜੋ, ਬੀਜੇਪੀ ਦਾ ਮੈਂ ਸਮਝਦਾ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਆਪਣੀ ਆਪਣੀ ਤਰੱਕੀ ਕਰਾਓ। ਜੇ ਕੋਈ ਤੁਹਾਡੇ ਕੋਲ ਜੇ ਤੁਸੀਂ ਦੱਸ ਦਿਓ ਮੀਡੀਆ ਵਾਲੇ ਵੀ, ਜੇ ਤੁਸੀਂ ਦੱਸ ਦਿਓ ਵੀ ਪੰਜਾਬ ਸਰਕਾਰ ਕੁਛ ਕੁਛ ਹੈਗਾ ਦੇਣ ਨੂੰ ਜਾਂ ਪਿਛਲੇ 3 ਸਾਲ 'ਚ ਕੁਛ ਕੀਤਾ। ਕਾਂਗਰਸ ਕਿਤੇ ਹੈ ਹੀ ਨਹੀਂ ਗੀ, ਉਹਨੂੰ ਵੋਟ ਪਾ ਕੇ ਆਪਾਂ ਖਾਰਜ ਕਰਨਾ? ਉਹਨਾਂ ਦੀ ਤਾਂ ਸਰਕਾਰ 2 ਸਾਲ ਉਰੇ ਵੀ ਨਹੀਂ ਕੇਂਦਰ 'ਚ ਵੀ, ਤੇ ਜਿੱਥੋਂ ਪੈਸਾ ਆ ਸਕਦਾ ਉਹ ਇੱਕ ਬੀਜੇਪੀ ਆ, ਕੇਂਦਰ ਦੀ ਸਰਕਾਰ ਆ। ਡਬਲ ਇੰਜਨ ਲਾ ਲਓ, ਆ ਹਰਿਆਣੇ ਨੇ, ਰਾਜਸਥਾਨ ਨੇ, ਯੂਪੀ ਨੇ, ਮੱਧ ਪ੍ਰਦੇਸ਼ ਨੇ, ਮਹਾਰਾਸ਼ਟਰ ਨੇ, ਛੱਡਿਆ ਕਿਸੇ ਨੇ? ਜੇ ਇੱਕ ਇੰਜਨ ਪਟਿਆਲੇ ਖੜਾ ਹੋਊ
ਤੇ ਇੱਕ ਇੰਜਣ ਦਿੱਲੀ ਆ, ਦੋਨੋ ਇੰਜਣ ਖਿੱਚ ਕੇ ਕਿਤੇ ਨਾ ਕਿਤੇ ਲੈ ਜਾਣਗੇ ਤਰੱਕੀ ਦੀ ਡਿਵੈਲਪਮੈਂਟ ਅੰਮ੍ਰਿਤਸਰ ਦੀ, ਜਲੰਧਰ ਦੀ। ਇਸ ਕਰਕੇ ਹੱਥ ਜੋੜ ਕੇ ਵੋਟ ਪਾਉਣਾ ਸ਼ਹਿਰ ਵਾਸੀਆਂ ਦਾ ਕੰਮ, ਕਿਸੇ ਵੱਲ ਕੋਈ ਮਾੜੀ ਨਿਗਾਹ ਨਾ ਦੇਖੇ, ਪੱਤਾ ਨਹੀਂ ਹਿੱਲਣ ਦਿੰਦੇ। ਮੈਂ ਤੈਨੂੰ ਇਹ ਕਹਿ ਦਿੰਦਾ, ਇੱਕ ਦਿਨ ਵੀ ਉਹ ਆਫੀਸਰ ਹੈ ਜਿਹੜਾ ਕੋਈ ਐਸੀ ਕੁਤਾਹੀ ਕਰੂਗਾ, ਇੱਕ ਦਿਨ ਵੀ ਉਹ ਪਟਿਆਲੇ ਚ ਨਹੀਂ ਰਹੂਗਾ। ਧੰਨਵਾਦ ਸਰ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਕਹਿ ਰਹੇ ਕਿ ਅਸੀਂ ਜਿਵੇਂ ਦੀ ਮਹਾਰਾਣੀ ਪਰਨੀਤ ਕੌਰ ਜੀ ਨੇ ਵਧੀਆ ਇਲੈਕਸ਼ਨ ਕਰਾਈ ਸੀ ਉਵੇਂ ਦੀ ਹੀ ਕਰਾਵਾਂਗੇ, ਵੀ ਡਰਨ ਦੀ ਨਹੀਂ ਲੋੜ ਹੈਗੀ। ਚਲੋ ਗੱਲ ਹੀ ਆ, ਸਰਕਾਰ ਦਾ ਪੱਖ ਹੈ ਕਿ ਜਿਸ ਤਰ੍ਹਾਂ ਦੀਆਂ ਬਿਰਤਾਂ ਰਵਾਇਤੀ ਪਾਰਟੀਆਂ ਨੇ ਪਾਈਆਂ ਨੇ, ਉਹ ਸਿਲਸਿਲਾ ਹੁਣ ਬਾਅਦ ਦਸਤੂਰ ਜਾਰੀ ਰੱਖਣਾ। ਅਸੀਂ ਡੰਡਾ ਤੰਤਰ ਦੇ ਨਾਲ ਜਿਹੜੀ ਹੈ ਉਹ ਇਲੈਕਸ਼ਨ ਜਿੱਤ ਲਈ। ਕੀ ਨੇ ਕਿਹਾ ਇਹ? ਇਹਨਾਂ ਦੇ ਪ੍ਰਸ਼ਾਸਨ ਦੇ ਸੱਤਾਧਾਰੀ ਬੰਦੇ ਕਹਿ ਰਹੇ। ਫਿਰ ਮੈਂ ਉਹਨਾਂ ਦੇਖੋ ਇਹ ਕਿਉਂ ਕਹਿ ਰਹੇ ਆ, ਇਹ ਕਿਉਂ ਕਹਿ ਰਹੇ ਆ? ਕਿਉਂਕਿ ਕਿਸੇ ਵਲੰਟੀਅਰ ਸੀ ਜਿਹੜੇ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਬਣੀ ਸੀ, ਉਹ ਵਲੰਟੀਅਰ ਨੂੰ ਤਾਂ ਪੁੱਛਿਆ ਹੀ ਕਿਸੇ ਨੂੰ ਨੀ। ਇਹ ਸਾਰੇ ਵੀ, ਮੈਂ ਤਾਂ ਇਹ ਕਹਿਣਾ ਵੀ ਇਹ ਸਾਰੇ ਜਿਹੜੇ ਬੋਲ ਰਹੇ ਆ ਇਹ ਕਿੱਥੋਂ ਆਏ ਨੇ, ਇਹਨਾਂ ਨੂੰ ਤਾਂ ਇਹ ਵੀ ਪੁੱਛੋ। ਦੂਜੀ ਗੱਲ, ਜਿਹੜੇ ਬੋਲ ਰਹੇ ਨੇ ਇਹਨਾਂ ਨੂੰ ਇਹ ਪੁੱਛੋ ਵੀ ਕਿਸੇ ਨੇ ਪੁੱਛਿਆ ਆਮ ਆਦਮੀ ਵਾਲਿਆਂ ਨੇ ਇਹਨਾਂ ਨੂੰ ਪੁੱਛਿਆ ਕਿਸੇ ਨੇ? ਤੇ ਚਲੋ ਉਹ ਵੀ ਛੱਡੋ, ਫਿਰ ਇਹ ਆਪਣੀਆਂ ਸੀਟਾਂ ਦੇ ਪਾਰਲੀਮੈਂਟ ਇਲੈਕਸ਼ਨ ਚ ਰਿਜ਼ਲਟ ਕੀ ਸੀ? ਰਿਜ਼ਲਟ ਕੀ ਸੀ ਇਹਨਾਂ ਦੀਆਂ ਸੀਟਾਂ ਦੇ ਪਾਰਲੀਮੈਂਟ ਚ? ਮੈਨੂੰ ਦੱਸੋ, ਚਲਾ ਲੈਂਦੇ ਡੰਡਾ ਫਿਰ ਉਦੋਂ ਤੇ ਹੁਣ ਵੀ ਚਲਾ ਲੈਣ ਡੰਡਾ, ਦੇਖ ਲਾਂਗੇ। ਲੋਕ ਜਵਾਬ ਡੰਡੇ ਦਾ ਜਿਹੜਾ ਨਾ ਉਹ ਵੋਟ ਨਾ ਦਿੰਦੇ ਆ, ਇਹ ਵੋਟ ਅੰਦਰ ਜਾ ਕੇ ਦੱਬ ਕੇ ਆਉਣੀ ਆ। ਅਸੀਂ ਚਲੋ ਮੰਨ ਲਿਆ ਡਿਵੈਲਪਮੈਂਟ ਕੀਤੀ, ਵੋਟ ਲੋਕਾਂ ਨੇ ਪਾ ਲਈ, 3 ਸਾਲ ਕੀਤਾ ਹੀ ਕੁਛ ਨੀ, ਤੁਸੀਂ ਕਾਹਦੇ ਮੂੰਹ ਤੇ ਕਾਹਦੇ ਨਾਲ ਵੋਟ ਮੰਗਣੀ ਆ? ਮੈਨੂੰ ਇਹ ਦੱਸੋ ਕਿਸ ਚੀਜ਼ ਨਾਲ ਵੋਟ ਮੰਗੋਗੇ ਤੁਸੀਂ? ਇੱਕ ਕੋਰਟਲੀ ਇੰਸੀਡੈਂਟ ਹੋਇਆ, ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ। ਇੱਕ ਬੰਦਾ ਰੋਡ ਤੇ ਜਾ ਰਿਹਾ ਸੀ, ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਸਾਈਡ ਨਾ ਦੇਣ ਕਰਕੇ ਉਹਦੇ ਤੇ NDPS ਦਾ ਪਰਚਾ ਦੇਤਾ। ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਕੱਲ ਕਿ ਜਿਹੜੀ 2 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਉਸ ਅਧਿਕਾਰੀ ਦੀ ਸੈਲਰੀ ਚੋਂ ਕੱਢਿਆ ਜਾਵੇ। ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ ਕੋਰਟ ਤੋਂ ਉੱਤੇ ਤਾਂ ਕੁਛ ਵੀ ਨਹੀਂ ਕਿਸੇ ਲਈ ਵੀ, ਜੋ ਕੋਰਟ ਨੇ ਕੀਤਾ ਉਹ ਸਹੀ ਕੀਤਾ। ਤੇ ਜਿੱਥੇ ਇਹੋ ਜਿਹੀਆਂ ਇਸੇ ਕਰਕੇ ਸਿਸਟਮ ਨੇ ਨਾ ਜੀ ਬਣਾਏ ਹੋਏ, ਇੱਕ ਪਾਸੇ ਪੋਲੀਟੀਕਲ ਲੋਕ ਸਰਕਾਰਾਂ ਬਣਦੀ, ਇੱਕ ਪਾਸੇ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਆ, ਉਦੋਂ ਬਾਅਦ ਜੁਡੀਸ਼ਰੀ ਕੰਮ ਕਰਦੀ ਆ। ਇਹ ਤਾਂ ਤਿੰਨੋਂ ਚਾਰੋਂ ਪਿੱਲਰ, ਤੁਹਾਡਾ ਚੌਥਾ ਪਿੱਲਰ ਤੁਹਾਡਾ ਪ੍ਰੈਸ ਦਾ ਹੈ, ਮੀਡੀਆ ਦਾ ਹੈ, ਇਹ ਬਹੁਤ ਵਧੀਆ ਗੱਲ ਆ। ਰਮਦੀਪ ਵਿੱਚ ਕਿਸਾਨਾਂ ਦੇ ਨਾਲ ਨਹੀਂ ਖੜ ਰਹੀ ਔਰ ਜਿਹੜੀ ਕਿ ਕਿਸਾਨਾਂ ਨੂੰ ਬਾਰ ਬਾਰ ਦਿੱਲੀ ਜਾਣਾ ਪੈ ਰਿਹਾ। ਦੇਖੋ ਉਹ ਕੀ ਕਹਿੰਦੇ ਹੁੰਦੇ ਆ ਨਾ, ਛੱਜ ਤਾਂ ਬੋਲੇ ਛਾਲਣੀ ਸਰ ਸਾਹਮਣੇ। 23 ਫਸਲਾਂ ਦਾ ਪਹਿਲਾਂ ਸੰਧਵਾਂ ਸਾਹਾ ਤੇ ਜਿੰਨੇ ਵੀ ਇਹਨਾਂ ਦੇ MLA ਨੇ, ਜਿੰਨੇ ਵੀ ਇਹਨਾਂ ਦੇ ਮੰਤਰੀ ਆ, 23 ਫਸਲਾਂ ਦੀ MSP ਤੇ ਗੱਲ ਕਰਨ। ਕਿਸੇ ਸਾਨੂੰ ਜਾਂ ਕਿਸੇ ਨੂੰ ਸਲਾਹਾਂ ਦੇਣ ਦੀ ਲੋੜ ਨਹੀਂ। ਇਹ ਲੋੜ ਕਿਉਂ ਪੈ ਰਹੀ ਹੈ ਧਰਨੇ ਤੇ ਜਾਣ ਦੀ? ਕਿਉਂ ਡੱਲੇਵਾਲ ਸਾਹਿਬ ਪਏ ਆ ਧਰਨੇ ਤੇ? ਚੁਟਕੀ ਕਿੱਥੇ ਗਈ ਤੁਹਾਡੀ? ਚੁਟਕੀ 23 ਫਸਲਾਂ ਦੀ MSP ਕਿੱਥੇ ਗਈ? ਤੁਸੀਂ ਬਾਕੀ ਛੱਡੋ, ਅਸੀਂ ਕਹਿੰਦੇ ਹਾਂ ਵੀ ਤੁਸੀਂ ਜਿਹੜੇ ਵਾਅਦੇ ਕੀਤੇ ਸੀ 23 ਫਸਲਾਂ ਦੇ MSP ਅਸੀਂ ਦੇਵਾਂਗੇ, ਉਹਦੀ ਗੱਲ ਕਰੋ ਮਹਾਰਾਜ, ਉਹਦੀ ਗੱਲ ਕਰੋ, ਬਾਕੀ ਛੱਡੋ। ਵੀਡੀਓ ਜਿਹੜੀ ਸਾਹਮਣੇ ਆਈ ਤੁਹਾਡੀ, ਜ਼ਿਕਰ ਕਰ ਦਿਓ ਵੀ ਕਿੱਥੇ ਦੀ ਵੀਡੀਓ ਹੈ, ਕਿਉਂਕਿ ਲੋਕਾਂ ਨੂੰ NOC ਲੈਣ ਲਈ ਬੜੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਹਾਡੇ ਸਾਹਮਣੇ। ਇੱਕ ਮਿੰਟ ਜ਼ਾਰੀ ਮੈਂ ਉਹ ਵੀ ਕਰਨਾ, ਪਹਿਲਾਂ ਸਤਿਕਾਰਯੋਗ ਇੱਕ ਗੱਲ ਸੁਣ ਲਓ, ਡੰਡੇਵਾਲ ਸਾਹਿਬ ਬਹੁਤ ਸਤਿਕਾਰਯੋਗ ਨੇ, ਉਹਨਾਂ ਦੀ ਸਿਹਤ ਦੀ ਬਹੁਤ ਬੜੀ ਚਿੰਤਾ ਹੈ, ਹਰ ਵੇਲੇ ਡਾਕਟਰ ਉਹਨਾਂ ਨੂੰ ਮੋਨੀਟਰ ਕਰ ਰਹੇ ਆ।
ਦੂਜੀ ਜਿਹੜੇ ਵੀ ਐਨਡੀਏ ਸਰਕਾਰ ਵੇਲੇ ਅਸੀਂ ਕਾਂਗਰਸ ਵੀ ਰਹੇ ਹਾਂ, ਮੈਂ ਇਹ ਬਹਿਣਾ ਵੀ ਜਿੰਨਾ ਬੀਜੇਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਬੀਜੇਪੀ ਦੀ ਸਰਕਾਰ ਅਸ਼ਮੀ ਜੀ ਹੋਣੀ ਐਮਐਲਏ ਪ੍ਰਧਾਨ ਜਿੰਨਾ ਇਸ ਵੇਲੇ ਫਸਲ 320 ਰੁਪਏ ਮਿਲੇ, ਕਦੇ ਵੀ ਇੰਨਾ ਭਾਅ ਮੈਂ ਉਸ ਪਾਰਲੀਮੈਂਟ 'ਚ ਹੀ ਬਹਿੰਦਾ ਹੈ, 15 ਸਾਲ ਮੈਨੂੰ ਕਾਂਗਰਸ 'ਚ ਬੈਠਿਆ ਸੀ ਮਹਾਰਾਜ, ਉਸ ਤੋਂ ਬਾਅਦ ਹੁਣ ਬੈਠੀ, ਕਦੇ ਵੀ ਭਾਅ ਇੰਨੇ ਨਹੀਂ ਵਧੇ, ਇਸੇ ਕਰਕੇ ਬੀਜੇਪੀ ਜੁਆਇਨ ਕੀਤਾ ਹੈ, ਇਸ ਕਰਕੇ ਜਿੰਨਾ ਪ੍ਰਧਾਨ ਸਾਹਿਬ ਸਾਈਡ ਨੂੰ ਹੋ ਜਾਓ, ਜਿੰਨਾ ਉਹ ਚਿੰਤਿਤ ਨਹੀਂ, ਕੋਈ ਵੀ ਚਿੰਤਿਤ ਨਹੀਂ। ਜਿੱਦਣ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਨਿਸਟਰ, ਮੈਨੂੰ ਬਣਾਇਆ ਬੀਜੇਪੀ ਨੇ, ਪ੍ਰਾਈਮ ਮਿਨਿਸਟਰ ਸਾਹਿਬ ਨੇ, ਗੱਲਬਾਤ ਸ਼ੁਰੂ ਕਰੀਏ ਧਰਨੇ ਤਾਂ ਬਾਅਦ ਦਾ ਫੈਸਲਾ ਹੋਇਆ। ਮੈਂ ਤਾਂ ਉੱਦਣ ਦਾ ਕਹਿੰਦਾ ਆਪਾਂ ਬਹਿ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ, ਅੱਜ ਵੀ ਮੈਂ ਕਹਿੰਦਾ ਕਿਸੇ ਤਰੀਕੇ ਦੀ ਗੱਲ ਆ, ਮੈਂ ਤਾਂ ਕਹਿੰਦਾ ਤੁਹਾਨੂੰ ਧਰਨਾ ਤੁਹਾਨੂੰ ਦੇਣ ਦੀ ਕਿਉਂ ਲੋੜ ਪਵੇ, ਮੈਂ ਧਰਨਾ ਦਊਂਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜੋ ਇਲਜ਼ਾਮ, ਧੱਕੇਸ਼ਾਹੀ ਦੇ ਇਲਜ਼ਾਮ ਭਾਜਪਾ ਲੀਡਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਜਾ ਰਹੇ ਨੇ, ਇਸ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ, ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ।